ਅੱਜ ਮੈਂ ਆਪ ਜੀ ਦੇ ਸਾਹਮਣੇ ਇਤਿਹਾਸ ਦੇ ਲਹੂ ਭਿੱਜੇ ਪੰਨਿਆਂ ਦੇ ਵਿੱਚੋਂ ਇੱਕ ਪੰਨਾ ਸਾਰਾਗੜੀ ਦਾ ਯੁੱਧ, ਸਾਰਾਗੜੀ ਦੀ ਲੜਾਈ, ਉਸ ਬਾਰੇ ਕਵਿਤਾ ਕਹਿਣ ਜਾ ਰਿਹਾ ਹਾਂ ਜਿਸ ਵਿੱਚ 21 ਸਿੱਖ ਸੈਨਿਕਾਂ ਨੇ ਹਜ਼ਾਰਾਂ ਕਬਾਇਲਾਂ ਦਾ ਟਾਕਰਾ ਕਰਦੇ ਹੋਏ ਆਪਣੀ ਜਾਨ ਦੇ ਦਿੱਤੀ, ਸ਼ਹੀਦ ਹੋ ਗਏ, ਪਰ ਯੁੱਧ ਦੇ ਮੈਦਾਨ ਨੂੰ ਨਹੀਂ ਛੱਡਿਆ। ਆਓ ਧਿਆਨ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਸਾਰਾ ਗੜੀ ਇਤਿਹਾਸ ਨੂੰ ਯਾਦ ਕਰਕੇ 21 ਬਾਂਕੇ ਬਲਕਾਰਾਂ ਦੀ ਗੱਲ ਕਰੀਏ ਜਿਨ੍ਹਾਂ ਦੇਸ਼ ਖਾਤਰ ਜਾਨਾਂ ਵਾਰੀਆਂ ਸੀ, ਉਹਨਾਂ ਜਾਨ ਨਿਸਾਰਾਂ ਦੀ ਗੱਲ ਕਰੀਏ ਜਿਨ੍ਹਾਂ ਦੇਸ਼ ਖਾਤਰ ਜਾਨਾਂ ਵਾਰੀਆਂ ਸੀ, ਉਹਨਾਂ ਜਾਨ ਨਿਸਾਰਾਂ ਦੀ ਗੱਲ ਕਰੀਏ, ਹੋਏ ਸਾਰੇ ਦੇ ਸਾਰੇ ਸ਼ਹੀਦ ਜਿਹੜੇ, ਉਹਨਾਂ 21 ਸਰਦਾਰਾਂ ਦੀ ਗੱਲ ਕਰੀਏ, ਸਦਾ ਲਈ ਜੋ ਹੋ ਗਏ ਅਮਰ ਜਾਚਕ, ਉਹਨਾਂ ਸਿੱਪਾ ਸਲਾਰਾਂ ਦੀ ਗੱਲ ਕਰੀਏ, ਸਦਾ ਲਈ ਜੋ ਹੋ ਗਏ ਅਮਰ ਜਾਚਕ, ਉਹਨਾਂ ਸਿੱਪਾ ਸਲਾਰਾਂ ਦੀ ਗੱਲ ਕਰੀਏ, ਕਈ ਹਜ਼ਾਰ ਪਠਾਣਾਂ ਨੇ ਆਣ ਕੇ ਤੇ ਇੱਕਦਮ ਗੜੀ ਉੱਤੇ ਹੱਲਾ ਬੋਲਿਆ ਸੀ, ਸਿਗਨਲ ਮੈਨ ਨੇ ਸਿਗਨਲ ਦੇ ਰਾਹੀਂ ਸਾਰਾ ਵੱਡੇ ਅਫਸਰਾਂ ਨੂੰ ਭੇਦ ਖੋਲਿਆ ਸੀ, ਸਾਰਾ ਗੜੀ ਚੋਂ ਨਿਕਲ ਕੇ ਚਲੇ ਜਾਵੋ, ਕਰਨਲ ਹਾਗਟਨ ਅੱਗੋਂ ਇਹ ਬੋਲਿਆ ਸੀ, ਈਸ਼ਰ ਸਿੰਘ ਸਮੇਤ ਸਭ ਸੈਨਿਕਾਂ ਦਾ ਇਹ ਸਭ ਸੁਣ ਕੇ ਤੇ ਖੂਨ ਖੋਲਿਆ ਸੀ, ਈਸ਼ਰ ਸਿੰਘ ਸਮੇਤ ਸਭ ਸੈਨਿਕਾਂ ਦਾ ਇਹ ਸਭ ਸੁਣ ਕੇ ਤੇ ਖੂਨ ਖੋਲਿਆ ਸੀ। ਉਹਨੇ ਕਿਹਾ ਲਲਕਾਰ ਕੇ ਸਾਥੀਆਂ ਨੂੰ, ਉਹਨੇ ਕਿਹਾ ਲਲਕਾਰ ਕੇ ਸਾਥੀਆਂ ਨੂੰ, ਲੜਨ ਮਰਨ ਲਈ ਹੋਵੋ ਤਿਆਰ, ਇੱਥੇ ਘੇਰਾ ਪਿਆ ਏ ਸਾਰਾ ਗੜੀ ਤਾਈ, ਸਾਡੀ ਅਣਖ ਨੂੰ ਰਿਹਾ ਵੰਗਾਰ, ਇੱਥੇ ਜਿਉਂਦੇ ਜੀ ਨਹੀਂ ਛੱਡਣਾ ਗੜੀ ਤਾਈ, ਨਾ ਹੀ ਸੁੱਟਣੇ ਹੱਥੋਂ ਹਥਿਆਰ, ਇੱਥੇ ਦਸਮ ਪਿਤਾ ਦੇ ਆਪਾਂ ਹਾਂ ਲਾਲ ਸਾਰੇ, ਜੂਜੋ ਬਣ ਕੇ ਜੀਤ ਜੁਝਾਰ, ਇੱਥੇ ਦਸਮ ਪਿਤਾ ਦੇ ਆਪਾਂ ਹਾਂ ਲਾਲ ਸਾਰੇ, ਜੂਜੋ ਬਣ ਕੇ ਅਜੀਤ ਜੁਝਾਰ, ਇੱਥੇ ਤੋ ਜਨਰਲ ਹਰੀ ਸਿੰਘ ਨਲੂਏ ਦੇ ਸਭ ਵਾਰਸ, ਜਨਰਲ ਹਰੀ ਸਿੰਘ ਨਲੂਏ ਦੇ ਸਭ ਵਾਰਸ ਆ ਨਿੱਤਰ ਪਏ ਸਨ ਰਣ ਮੈਦਾਨ ਅੰਦਰ, ਮਾਰੋ ਮਾਰ ਕਰਕੇ ਦੁਸ਼ਮਣ ਦਲਾਂ ਤਾਈ, ਦਿਨੇ ਤਾਰੇ ਵਿਖਾਏ ਅਸਮਾਨ ਅੰਦਰ, ਬੂਹੇ ਮੌਤ ਨੇ ਦਿੱਤੇ ਸਨ ਖੋਲ ਸਾਰੇ, ਮਚੇ ਹੋਏ ਇਸ ਯੁੱਧ ਘਮਸਾਨ ਅੰਦਰ, 21 ਸੈਨਿਕ ਸ਼ਹੀਦੀਆਂ ਪਾ ਕੇ ਤੇ ਹੋ ਗਏ ਸੁਰਖਰੂ ਇਸ ਜਹਾਨ ਅੰਦਰ, 21 ਸੈਨਿਕ ਸ਼ਹੀਦੀਆਂ ਪਾ ਕੇ ਤੇ ਹੋ ਗਏ ਸੁਰਖਰੂ ਇਸ ਜਹਾਨ ਅੰਦਰ, ਤੇ ਗਏ ਮੌਤ ਵਾਲੇ ਆਪਣਾ ਮੂੰਹ ਕਰਕੇ।
ਗਏ ਮੌਤ ਵੱਲ ਆਪਣਾ ਮੂੰਹ ਕਰਕੇ ਐਸੀ ਜੁਰਤ ਵਿਖਾਈ ਸੀ ਸੈਨਿਕਾਂ ਨੇ ਟੁੱਟ ਰਹਿ ਬੰਨ ਨੂੰ ਸਿਰਾਂ ਦੇ ਬੰਨ ਲਾ ਕੇ ਜ਼ਿੰਮੇਵਾਰੀ ਨਿਭਾਈ ਸੀ ਸੈਨਿਕਾਂ ਨੇ ਉਦੋਂ ਮੌਤ ਦੀ ਅੱਖ ਚ ਅੱਖ ਪਾ ਕੇ ਆ ਜਿੰਦੜੀ ਘੋਲ ਘੁਮਾਈ ਸੀ ਸੈਨਿਕਾਂ ਨੇ ਲਾੜੇ ਨਾਲ ਸ਼ਹੀਦਾਂ ਦੀ ਜੰਜ ਉਦੋਂ ਮੌਤ ਸਜ ਵਿਆਈ ਸੀ ਸੈਨਿਕਾਂ ਨੇ ਲਾੜੇ ਨਾਲ ਸ਼ਹੀਦਾਂ ਦੀ ਜੰਜ ਉਦੋਂ ਮੌਤ ਸਜ ਵਿਆਈ ਸੀ ਸੈਨਿਕਾਂ ਨੇ ਲਾੜੀ ਮੌਤ ਨਾਲ ਵਿਆਹ ਕਰਵਾਉਣ ਵੇਲੇ ਲਾੜੀ ਮੌਤ ਨਾਲ ਵਿਆਹ ਕਰਵਾਉਣ ਵੇਲੇ ਉਹਨਾਂ ਦੁਲਿਆਂ ਦੀ ਵੱਖਰੀ ਸ਼ਾਨ ਹੈ ਸੀ ਨੈਣਾ ਵਿੱਚ ਸੀ ਉਹਨਾਂ ਦੇ ਦੇਸ਼ ਭਗਤੀ ਤੇ ਬੰਦ ਮੁੱਠੀ ਦੇ ਵਿੱਚ ਤੂਫਾਨ ਹੈ ਸੀ ਛੱਡਦੇ ਹੋਏ ਜੈਕਾਰੇ ਸਭ ਸਿੱਖ ਸੈਨਿਕ ਦੇਸ਼ ਕੌਮ ਲਈ ਹੋਏ ਕੁਰਬਾਨ ਹੈ ਸੀ ਉਹਨਾਂ ਆਪਣੀ ਜਾਨ ਤੇ ਖੇਡ ਕੇ ਤੇ ਭਾਈ ਦੇਸ਼ ਦੀ ਜਾਨ ਵਿੱਚ ਜਾਨ ਹੈ ਸੀ ਉਹਨਾਂ ਆਪਣੀ ਜਾਨ ਤੇ ਖੇਡ ਕੇ ਤੇ ਭਾਈ ਦੇਸ਼ ਦੀ ਜਾਨ ਵਿੱਚ ਜਾਨ ਹੈ ਸੀ ਇੰਡੀਅਨ ਆਰਡਰ ਆਫ ਮੈਰਿਟ ਦੇ ਨਾਲ ਸਭ ਦਾ ਸਭ ਤੋਂ ਵੱਡਾ ਸੀ ਉਦੋਂ ਸਨਮਾਨ ਹੋਇਆ ਇੰਡੀਅਨ ਆਰਡਰ ਆਫ ਮੈਰਿਟ ਦੇ ਨਾਲ ਸਭ ਦਾ ਸਭ ਤੋਂ ਵੱਡਾ ਸੀ ਉਦੋਂ ਸਨਮਾਨ ਹੋਇਆ ਯੂਨੈਸਕੋ ਵੱਲੋਂ ਵੀ ਬਣਦਾ ਸੀ ਮਾਣ ਮਿਲਿਆ ਉੱਚਾ ਰੁਤਬਾ ਸੀ ਵਿੱਚ ਜਹਾਨ ਹੋਇਆ ਅੱਠ ਲੜਾਈਆਂ ਜੋ ਹੋਈਆਂ ਮਹਾਨ ਜੱਗ ਵਿੱਚ ਅੱਠ ਲੜਾਈਆਂ ਜੋ ਹੋਈਆਂ ਮਹਾਨ ਜੱਗ ਵਿੱਚ ਉਹਨਾਂ ਵਿੱਚੋਂ ਇਹ ਇੱਕ ਐਲਾਨ ਹੋਇਆ ਦਿੱਤੀ ਗਈ ਸ਼ਰਧਾਂਜਲੀ ਸਾਰਿਆਂ ਨੂੰ ਸਾਰਾ ਗੜੀ ਦਾ ਸਾਕਾ ਮਹਾਨ ਹੋਇਆ ਦਿੱਤੀ ਗਈ ਸ਼ਰਧਾਂਜਲੀ ਸਾਰਿਆਂ ਨੂੰ ਸਾਰਾ ਗੜੀ ਦਾ ਸਾਕਾ ਮਹਾਨ ਹੋਇਆ ਪੁਰਜਾ ਪੁਰਜਾ ਉਹ ਕੱਟ ਸ਼ਹੀਦ ਹੋ ਗਏ ਪੁਰਜਾ ਪੁਰਜਾ ਉਹ ਕੱਟ ਸ਼ਹੀਦ ਹੋ ਗਏ ਚਲਦੇ ਰਹੇ ਸਨ ਖੰਡੇ ਦੀ ਧਾਰ ਉੱਤੇ ਆਪਣੇ ਲਹੂ ਨਾਲ ਲਿਖ ਤਕਦੀਰ ਸਾਡੀ ਨਾ ਛੱਡ ਗਏ ਸਾਰੇ ਸੰਸਾਰ ਉੱਤੇ ਅੱਜ ਕੱਲ ਉਹਨਾਂ ਦੀ ਯਾਦ ਵਿੱਚ ਥਾਂ ਥਾਂ ਤੇ ਮੇਲੇ ਲੱਗ ਰਹੇ ਨੇ ਯਾਦਗਾਰ ਉੱਤੇ ਰਹਿੰਦੀ ਦੁਨੀਆ ਤੱਕ ਜਾਚਕਾ ਯਾਦ ਰਹਿਣਾ ਸਾਰਾ ਗੜੀ ਦਾ ਯੁੱਧ ਸੰਸਾਰ ਉੱਤੇ ਰਹਿੰਦੀ ਦੁਨੀਆ ਤੱਕ ਜਾਚਕਾ ਯਾਦ ਰਹਿਣਾ ਸਾਰਾ ਗੜੀ ਦਾ ਯੁੱਧ ਸੰਸਾਰ ਉੱਤੇ ਸਾਰਾ ਗੜੀ ਦਾ ਯੁੱਧ ਸੰਸਾਰ ਉੱਤੇ ਸਾਰਾ ਗੜੀ ਦਾ ਯੁੱਧ ਸੰਸਾਰ ਉੱਤੇ